ਸਰਦਾਰਸ਼ੀ ਲੋਕੋ ਪੰਜਾਬ ਦੇ ਰਾਜਸਥਾਨ ਸੇ ਮਹਾਰਾਸ਼ਟਰ ਸੇ ਗੁਜਰਾਤ ਸੇ ਔਰ ਦੇਸ਼ ਕੇ ਅਲੱਗ ਅਲੱਗ ਭਾਗੋਂ ਸੇ ਪਹੁੰਚੇ ਹੋਏ ਸਭੀ ਸਰਦਾਰਸ਼ੀ ਲੋਕੋ ਸਲਾਮ ਆ ਤੁਹਾਨੂੰ ਸਾਰਿਆਂ ਨੂੰ। ਔਰ ਮੇਰਾ ਨਾਮ ਗੁਰਪ੍ਰੀਤ ਮੋਰਲੀ ਹੈ ਤੇ ਮੈਂ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਕੰਮ ਕਰ ਰਿਹਾ ਹਾਂ ਔਰ ਕਿਸਾਨ ਮੋਰਚੇ ਦੀ ਜੋ ਕਵਰੇਜ ਹੈ ਉਹ ਕਰਦਾ ਲਗਭਗ 3 ਕਰੋੜ ਲੋਕੋ ਨੇ ਪਿਛਲੇ ਲਗਭਗ 6 ਮਾਹ ਮੈਂ ਆਪਣੇ ਮੋਰਚੇ ਕੋ ਦੇਖਾ ਹੈ ਔਰ ਮੈਂ ਇਹ ਕਹਿਣਾ ਚਾਹਤਾ ਹੂੰ ਪਹਿਲੇ ਤੋਂ ਆਪ ਸਭਸੇ ਕਿ ਯਹਾਂ ਪੇ ਲੋਕਲ ਮੀਡੀਆ ਜਾਂ ਨੈਸ਼ਨਲ ਮੀਡੀਆ ਬਹੁਤ ਕੰਮ ਆਤਾ। ਨੈਸ਼ਨਲ ਮੀਡੀਆ ਆਤਾ ਵੀ ਹੋਗਾ ਤੋ ਖਬਰ ਬਣਾਨੇ ਕੇ ਲਈ ਆਤਾ ਉਹਦਾ ਦਿਖਾਨੇ ਕੇ ਲਈ ਨਹੀਂ। ਔਰ ਜੋ ਯਹਾਂ ਪੇ ਲੜਕੇ ਹੈ ਮੈਂ ਉਨਕੋ ਬੇਨਤੀ ਕਰਤਾ ਹੂੰ ਕਿ ਆਪਣੇ ਆਪਣਾ ਪੇਜ ਬਣਾਓ ਔਰ ਇਸ ਇਸਕੋ ਜ਼ਿਆਦਾ ਸੇ ਜ਼ਿਆਦਾ ਪ੍ਰਮੋਟ ਕਰੋ ਔਰ ਪੰਜਾਬ ਦੇ ਜੋ ਡੀਪੀ ਲਿੰਕ ਹੁੰਦਾ ਉਹ ਲੈ ਆਓ ਕਿਉਂਕਿ ਲਾਈਵ ਨਹੀਂ ਹੁੰਦਾ। 7-8 ਹਜ਼ਾਰ ਰੁਪਏ ਇੰਸਟਰੂਮੈਂਟ ਇੱਕ ਦਾ ਦਿਓ ਔਰ ਯਹਾਂ ਸੇ ਦਿਖਾਓ ਕਿਉਂਕਿ ਜਬ ਮੈਂ ਟਿੱਕਰੀ ਮੈਂ ਕਵਰ ਕਰਦਾ ਤਾ ਟਿੱਕਰੀ ਮੈਂ ਲਗਭਗ 100 ਕਿਲੋਮੀਟਰ ਦਾ ਜਾਮ ਲਗਾ ਹੁੰਦਾ ਵਹਾਂ ਪੇ 2 ਸੜਕੇ ਔਰ ਪੂਰੇ ਮੈਂ ਕਹਿ ਸਕਦਾ ਹੂੰ ਪੂਰੇ ਦਿੱਲੀ ਮੈਂ ਸਭ ਤੋਂ ਬੜਾ ਜਾਮ ਟਿੱਕਰੀ ਦਾ ਹੈ। ਉਸਕੇ ਬਾਅਦ ਸਿੱਧੂ ਆਉਂਦਾ ਹੈ ਸਿੱਧੂ ਮੈਂ ਕਾਫੀ ਬੜਾ 15-20 ਕਿਲੋਮੀਟਰ ਦਾ ਜਾਮ ਲਗਾ ਔਰ ਉਸਕੇ ਬਾਅਦ ਮੈਂ ਬਾਤ ਕਰੂੰ ਗਾਜ਼ੀਪੁਰ ਕੀ ਇਹ ਉੱਤਰਾਖੰਡ ਕੇ ਮੇਰੇ ਸਾਥੀ ਆਏ ਹੋਏ ਹੈ 29 ਪੱਤੇ ਤੇ ਸਿਰਫ 30 ਇਹ ਕੰਮ ਜਿਨ੍ਹਾਂ ਗਾਜ਼ੀਪੁਰ ਜੋ ਬਾਰਡਰ ਬੰਦ ਕੀਆ ਆਜ ਵਹਾਂ ਪੇ 29 ਦੇ ਬੜ ਕੇ 2,90,000 ਬੰਦਾ ਹੋ ਗਿਆ ਹੋਗਾ ਵਹਾਂ ਔਰ ਉਸਕੇ ਬਾਅਦ ਪਰਵਲ ਗਿਆ ਪਰਵਲ ਮੈਂ ਗਵਾਲੀਅਰ ਸੇ ਜੋ ਕਹਿੰਦੇ ਮੱਧ ਪ੍ਰਦੇਸ਼ ਹਰਿਆਣਾ ਯੂਪੀ ਔਰ ਮਹਾਰਾਸ਼ਟਰ ਕੇ ਕਿਸਾਨ ਵਹਾਂ ਪੇ ਬੈਠੇ ਹੋਏ ਹੈ ਵਹਾਂ ਪੇ ਵੀ ਬਹੁਤ ਬੜਾ ਇਕੱਠ ਹੋਣਾ ਸ਼ੁਰੂ ਹੋ ਗਿਆ ਔਰ ਯਹਾਂ ਪੇ ਮੈਂ ਪਹਿਲੀ ਵਾਰ ਆ ਰਹਾ ਹੂੰ ਔਰ ਯਹਾਂ ਪੇ ਤੋ ਆਪਣੇ ਕਮਾਲ ਕਰ ਲਿਆ ਆਪਕੋ ਬਹੁਤ ਬਹੁਤ ਵਧਾਈ ਔਰ ਇਸਕੋ ਜ਼ਿਆਦਾ ਸੇ ਜ਼ਿਆਦਾ ਦਿਖਾਣੇ ਕੀ ਜ਼ਰੂਰਤ ਹੈ। ਜਦੀ ਮੈਂ ਮੀਡੀਆ ਚੈਨਲੋਂ ਸੇ ਪੰਜਾਬ ਵਾਲੋਂ ਕੇ ਬੇਨਤੀ ਕਰਤਾ ਹੂੰ ਕਿ ਯਹਾਂ ਪੇ ਕੋਈ ਵੀ ਪੰਜਾਬ ਕਾ ਮੀਡੀਆ ਨਹੀਂ ਹੈ ਔਰ ਰਾਜਸਥਾਨ ਔਰ ਹਰਿਆਣਾ ਕਾ ਕੋਈ ਵੀ ਮੀਡੀਆ ਨਹੀਂ ਹੈ ਔਰ ਮੀਡੀਆ ਵਾਲੋਂ ਕੋ ਚਾਹੀਏ ਕਿ ਯਹਾਂ ਸੇ ਵੀ ਕਵਰੇਜ ਕਰੇ ਔਰ ਜਦੀ ਉਹ ਕਵਰੇਜ ਕਰੇਗਾ ਅਲੱਗ ਅਲੱਗ ਐਂਗਲੋਂ ਸੇ ਤੋ ਇਸਕਾ ਜ਼ਿਆਦਾ ਇਫੈਕਟ ਪੜੇਗਾ ਕਿਉਂਕਿ ਲੋਕੋ ਕੋ ਟੀਵੀ ਚੈਨਲੋਂ ਪੇ ਅਸੀਂ ਲੱਗ ਰਿਹਾ ਕਿ ਸਿੱਧੂ 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 ਉਸਸੇ ਜ਼ਿਆਦਾ ਬਹੁਤ ਬੜੇ ਬੜੇ ਆਪ ਬਹੁਤ ਬੜੀ ਸੰਖਿਆ ਮੈਂ ਯਹਾਂ ਹੂੰ ਸੋ ਜਦੀ ਕੋਈ ਟੀਵੀ ਚੈਨਲ ਨਹੀਂ ਆਤਾ ਤੋ ਲੜਕੋ ਕੋ ਬੇਨਤੀ ਹੈ ਕਿ ਇਹ ਖੁਦ ਦਾ ਚੈਨਲ ਬਣਾ ਕੇ ਪ੍ਰਮੋਟ ਕਰਦੇ ਰਹੇ ਆਪ ਸ਼ੇਅਰ ਕਰਦੇ ਰਹੇ ਔਰ ਦੂਸਰੀ ਬਾਤ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਜਾਂ ਤੋ ਹਮ ਆਪਣੇ ਲੜਕੋ ਕੋ ਥੋੜਾ ਜਸਟੀਫਾਈ ਕਰਾ ਦਿਆ ਕਰਾ ਦੀਏ ਕਿ ਹਮ ਯਹਾਂ ਪੇ ਕਿਉਂ ਬੈਠੇ ਹੈ ਕਿਉਂਕਿ ਜੋ ਗਰਮ ਖੂਨ ਹੋਤਾ ਨੌਜਵਾਨੋਂ ਕਾ ਉਹ ਕਹਿਤਾ ਹੈ ਕਿ ਇਹ ਕਿਆ ਲਗਾ ਰੱਖਾ ਹੈ ਸਰਕਾਰ ਨੇ ਇਸਕੋ ਪਰੇ ਮਾਰੋ ਚਾ ਕੇ ਸਰੋਂ ਮੇ ਔਰ ਹਮ ਆਗੇ ਬੜ੍ਹਤੇ ਹੈ ਠੀਕ ਹੈ ਔਰ ਲੀਡਰ ਬੋਲ ਦੇਤੇ ਹੈ ਜਦੀ ਕੋਈ ਮੇਰੇ ਜੈਸਾ ਲੜਕਾ ਕਹਿਤਾ ਕਿ ਇਸਕੋ ਹਟਾਓ ਯਾਰ ਕਿਆ ਤੋ ਲੀਡਰ ਬੋਲ ਦੇਤੇ ਜੇ ਬੀਜੇਪੀ ਆਰ ਐਸ ਕੇ ਏਜੰਟ ਹੈ ਮੁਝੇ ਬਤਾਓ ਹਮਾਰੇ ਜੈਸੇ ਬੰਦੇ ਆ ਬੀਜੇਪੀ ਵਾਲੇ ਵੀ ਹਿੰਮਤ ਹੋਗੀ ਕਿ ਇਸਕੋ ਪਰੇ ਹਟਾ ਦੇ ਸੋ ਉਸਸੇ ਕਿਆ ਹੋਤਾ ਹੈ ਆਪ ਉਨਕੀ ਬਾਤ ਸਮਝ ਗਏ ਉਨਕੋ ਥੋੜਾ ਸਮਝਾਈਏ ਕਿ ਬੇਟਾ ਐਸੇ ਹੈ ਕਿ ਯਹਾਂ ਪੇ ਹਮ ਬੈਠੇ ਹੈ ਨਾ ਔਰ ਇਸਕਾ ਜ਼ਿਆਦਾ ਇਫੈਕਟ ਹੈ ਜਬੀ ਹਮ ਆਗੇ ਚਲੇ ਜਾਏਂਗੇ ਰਿੰਗ ਰੋਡ ਪੇ ਤੋ ਕੁਛ ਨਹੀਂ ਹੋਣੇ ਵਾਲਾ ਜਹਾਂ ਪੇ ਹਮ ਬੈਠੇ ਹੈ ਇਨਕੋ ਕੋਈ ਰਾਸਤਾ ਨਹੀਂ ਮਿਲ ਰਿਹਾ ਟਰੱਕ ਵਾਲੇ ਜਦੀ ਗਾਂਵ ਸੇ ਗੁਜ਼ਰਦੇ ਹੈ ਤੋ ਗਾਂਵ ਵਾਲੇ ਬੋਲਦੇ ਹੈ ਕਿ ਹਮਾਰੀ ਸੜਕ ਤੋੜ ਰਹੇ ਹੈ 2 ਕਰੋੜ ਹਮੇ
तो यहाँ पे ज्यादा बैठना है, थोड़ा सा लीडरों को इस बारे में बोलना चाहिए कि हम यहाँ क्यों बैठे हैं, और ये कह देना किसी को ये शरारती तत्व है, ये शरारती तत्व है, ऐसे नहीं चलता। और तीसरी बात कि मैं मीडिया के बारे में बोल गया, और आने वाले टाइम में मैं चार जून का या खूबड़ा या नकी पता नहीं, चार जून से जब से ये आंदोलन शुरू हुआ पंजाब से, मैं थोड़ी सी बात बता दूं कि पहले जो कांग्रेस सरकार है पंजाब में, उसने सबसे पहले पर्चे काटे किसान आगुओं पे कि ये कोरोना की वायलेशन कर रहे हैं, कोरोना स्प्रेड कर रहे हैं। उसके बाद वो रुके नहीं, फिर आपने कैप्टन और बादल के बाहर के धरना दिया, पहले हमें जाने नहीं दिया जाता था, और फिर उसके बाहर के बैठ के हर्षवर्धन को और बादल को मजबूर एनडीए गठबंधन छोड़ना पड़ा, और उसके बाद हमने टोल रोके, उसके बाद हमने रेल रोकी, तो अब हमने दिल्ली रोकी है। और ये केवल पंजाब और हरियाणा का आंदोलन नहीं है, इन्होंने विभाजन करने के लिए खालिस्तानी बोला, वामपंथी बोला, हमें पहले बताते थे हरियाणा वाले ऐसे हैं, पंजाब वाले ऐसे हैं, महाराष्ट्र वाले ऐसे हैं, राजस्थान वाले ऐसे हैं। मोदी का एक बात से तो मैं धन्यवाद करता हूँ कि उन्होंने सारे किसानों को जगा दिया, बहुत टाइम से सोए हुए थे। और जो सबसे बड़ा आंदोलन होगा इस हिस्ट्री में अमेरिका में, और ये आंदोलन उससे बड़ा है, और इस आंदोलन पे सब जो आगे बच्चे करेंगे, जो देख रहे हैं अपने बच्चों को परिवार को लाओ, यहाँ पे एक परिवार खड़ा था पहले, वो सारे पांच परिवार के जी, आपकी बेटी बहू बच्चा खुद आ पाए, तो ज्यादा से ज्यादा हमें यहाँ रहना चाहिए। मेरी लड़कों से भी अपील है कृपया शांति बनाए रखें, और कुछ बंदे ऐसे बोल देते हैं कि इस ट्रेन में फंड इकट्ठा हो रहे हैं, तो किसान आगू बैठे हुए हैं। अरे यार हमारे किसान आगू कुछ भी नहीं होगा, यदि कोई किसान आगू ऐसा कुछ करेगा तो बापू का खुदा मुड़े लेके बैठा बापू को रहना, तो ऐसे भी पड़ेगा, तो ऐसे नहीं है, तो थोड़ा सा समझो। बीजेपी वालों का इतना बड़ा सेल है, आप नेट पे निकालो नरेंद्र मोदी का एक मिनट का प्रचार का खर्चा पता कितना है, एक मिनट का ऑनलाइन निकालो 2 लाख रुपया होता है एक मिनट का खर्चा, और उसको यदि हम मल्टीप्लाई करते पूरे एक साल में 10 खरब रुपया तो इसके प्रचार में जाता है, क्योंकि इन्होंने झूठ बोलना होता दिन में करोड़ों बार, सैकड़ों बार नहीं करोड़ों बार। और ये किसान इस देश की रीढ़ की हड्डी है, और एक दिन आएगा जब किसानों का इस गद्दी में पीएम होगा, मैं आपको कहता हूँ यदि किसान अलग ना हुए, और हमें जातों में बांटेंगे, धर्मों में बांटेंगे, कभी भी मत बटना, एक दूसरे पे भरोसा रखना, हम जीतेंगे और इस सरकार को भी गिराएंगे। और लास्ट बात मैं आप भाइयों से कहना चाहता हूँ, 26 जनवरी को कानूनी रकेश टिकैत से बात हुई, 26 जनवरी को इस लाल किले पे जो परेड होती है, वहां पे किसान जाएंगे, जिन लड़कों को लगता है ये बंदे यहाँ से नहीं उठने वाले, मैंने टिकैत से पूछा कि जब हम जाएंगे दिल्ली के अंदर तो हमारे पे लाठियां बरसेगी, उन्होंने अपना स्कीम लगाई, कहते हमारे आगे तिरंगा होगा, हमारे हाथों में तिरंगा होगा, जब भी सरकार ने हम पर लाठी चार्ज किया तो वो तिरंगे का अपमान करेंगे, जब भी सरकार तिरंगे का अपमान करेगी तिरंगे की रक्षा के लिए, जब किसान बलिदान करेंगे इस परेड को, और रुकेगा हमें हमारे देश हमारी राजधानी की परेड में जाएंगे, सो आप सत्य में रखे 26 जनवरी को
आपकी सारी मांगे पूरी होगी युवा 26 जनवरी तक यदि ना मांगा तो हम ये शासन सब गिर लेंगे।